ਅਸੀਂ ਮਤਲਬ ਅਸੀਂ ਨਾਲੇ ਹਲਕੇ ਦੇ ਵਿੱਚ ਹਾਂ ਸਾਡੇ ਕਰੀਬ 10-15 ਪਿੰਡ ਆ ਜਿੱਥੇ ਕੱਲ੍ਹ ਸ਼ਾਮੀ ਦੁਪਹਿਰ ਤੋਂ ਬਾਅਦ ਬਹੁਤ ਜ਼ਿਆਦਾ ਕੜਾ ਪਿਆ ਇੰਨਾ ਕੜਾ ਪਿਆ ਕਿ ਕਿਸੇ ਦਾ ਵਿਚਾਰੇ ਦਾ ਕਿਸਾਨ ਦੇ ਪੱਠੇ ਨਹੀਂ ਬਚੇ ਸਬਜ਼ੀਆਂ ਲਾਈਆਂ ਉਹ ਖਰਾਬ ਹੋ ਗਈਆਂ ਕਣਕ ਸਾਰੀ ਖਰਾਬ ਹੋ ਗਈ 100% ਨੁਕਸਾਨ ਹੋ ਗਿਆ ਅਤੇ ਮੈਂ ਰਾਤੀ ਚੰਡੀਗੜ੍ਹ ਤੋਂ ਆਇਆ ਮੈਨੂੰ ਜਦੋਂ ਪਤਾ ਲੱਗਾ ਕਿ ਆਹ ਨੁਕਸਾਨ ਹੋ ਗਿਆ ਅਤੇ ਮੈਂ ਨਾਲ ਹੀ ਮੇਰੇ SDM ਸਾਹਿਬ ਨੇ ਤਹਿਸੀਲਦਾਰ ਸਾਹਿਬ ਪਟਵਾਰੀ ਗਰਦੌਰ ਸਾਰੇ ਅਫਸਰ ਨਾਲ ਲੈ ਕੇ ਆਏ ਤਾਂ ਜੋ ਜਲਦੀ ਤੋਂ ਜਲਦੀ ਇਹਦੀ ਗਰਦਾਵਰੀ ਹੋ ਜਾਵੇ ਅਤੇ ਕਿਸਾਨਾਂ ਦੀ ਜਿਹੜੀ ਸਰਕਾਰ ਮਦਦ ਕਰ ਸਕੇ ਪਰ ਮੈਂ SDM ਸਾਹਿਬ ਨੂੰ ਕਿਹਾ ਕਿ 2 ਦਿਨ 'ਚ ਇਹਨਾਂ ਪਿੰਡਾਂ ਦੀ ਸਾਰੀ ਗਰਦਾਵਰੀ ਕਰਾ ਕੇ ਇਹਦੀ ਰਿਪੋਰਟ ਭੇਜੋ ਅਤੇ CM ਸਾਹਿਬ ਕੋਲੋਂ ਮੁਆਵਜ਼ਾ ਲੈ ਕੇ ਜਿਹੜਾ ਇਹਨਾਂ ਕਿਸਾਨਾਂ ਨੂੰ ਦਈਏ ਦੇਖੋ ਅਸੀਂ ਮਦਦ ਕਰ ਸਕਦੇ ਹਾਂ ਪਰ ਇਹ ਪਤਾ ਨਹੀਂ ਕੁਦਰਤ ਸਾਡੇ ਨਾਲ ਪੰਜਾਬ ਨਾਲ ਕਿਉਂ ਇੰਨੀ ਨਾਰਾਜ਼ ਹੋਈ ਪਈ ਹੈ ਪਹਿਲਾਂ ਮੀਆਂ 'ਚੋਂ ਮਾਹਾਂ ਹੀ ਨਿਕਲੇ ਸੀਗੇ ਮਾਹਾਂ ਹੀ ਕੰਬਾਈਨਾਂ ਚੱਲੀਆਂ ਸੀ ਥੋੜ੍ਹਾ ਜਿਹਾ ਠਰਮਾ ਹੋਇਆ ਸੀਗਾ ਬਟ ਆ ਦੁਬਾਰਾ ਫਿਰ ਜਿੱਥੇ ਜਿੱਥੇ ਪੰਜਾਬ 'ਚ ਗੜੇ ਪੈ ਗਏ ਆ ਬਹੁਤ ਜ਼ਿਆਦਾ ਨੁਕਸਾਨ ਮੈਂ ਉਹ ਨੁਕਸਾਨ ਦੇਖਣਾ ਪੰਜਾਬ ਦੇ ਹੋਰ ਕਾਫੀ ਗੜੇ ਮਾਰੀ ਆਈ ਕਿਵੇਂ ਦੀ ਗਾਂ ਗਰਦਾਵਰੀ ਦੇ ਨਹੀਂ ਨਹੀਂ ਸਾਰੀ ਦੁਬਾਰਾ ਸਾਰੇ ਗਰਦਾਵਰੀ ਹੋਊਗੀ ਸਾਰੇ ਪੰਜਾਬ 'ਚ ਜਿੱਥੇ ਜਿੱਥੇ ਸਤਿ ਸ਼੍ਰੀ ਅਕਾਲ ਜੀ ਬੜੀ ਮਾੜੀ ਗੱਲ ਹੋਈ ਭਾਊ ਜੀ ਹੈ ਥੱਲੇ ਕਰਕੇ ਸਰ ਇੱਦਾਂ ਸਤਿ ਸ਼੍ਰੀ ਅਕਾਲ ਜੀ ਬੜੀ ਮਾੜੀ ਗੱਲ ਹੋਈ ਜੇ ਵੇਖੋ ਜੀ ਪਰਮਾਤਮਾ ਨੇ ਬੜੀ ਕਲੋਪੀ ਕੀਤੀ ਹੈ ਕਿੰਨੇ ਕਿੱਲੇ ਤੁਹਾਡੇ ਸਾਰੇ ਖਰਾਬ ਹੋ ਗਏ ਉਹ ਤੁਹਾਡੀ ਪਟਵਾਰੀ ਆਇਆ ਤੁਹਾਡੇ ਕੋਲ ਇਹ ਵੇਖੋ ਸਾਰੀ ਤੋੜ ਹੀ ਹੈ ਹਾਂ ਇੱਦਾਂ ਦੋ ਗਾੜੀ ਸਾਰੀ ਤੋੜ ਦੀ ਤੋੜ ਹੀ ਚਲੀ ਜਾਂਦੀ ਆ ਉਹ ਅੱਗੇ ਜਦੋਂ ਆਏ ਆਪਾਂ ਹਾਂ ਇਹ ਸਾਰਾ ਇਕੱਠਾ ਹੀ ਕਰ ਲਿਓ ਆਹ ਦੇਖੋ ਇਹ ਪਾਸੇ ਵੀ ਉਹ ਪਰਲੇ ਪਾਸੇ ਵੀ ਹਾਂ ਇਹ ਸਾਰਾ ਹੀ ਖਰਾਬ ਹੋ ਗਿਆ ਜੀ ਹਾਂ ਵਿਖੜਾ ਹੀ ਆ ਦੇਖੋ ਦਾਣੇ ਥੱਲੇ ਸਾਰੇ ਕਿਸ ਗਏ ਹਰਿਆ ਜੀ ਛਿੱਟੇ 'ਚ ਕੱਖ ਨਹੀਂ ਆ ਗਿਆ ਦਾਣੇ ਨਿਕਲਦੇ ਜੀ ਹਾਂ ਦੇਖੋ ਆਹ ਝੜ ਕੇ ਦਾਣੇ ਦੇ ਵਿੱਚ ਹੈ ਹੀ ਨਹੀਂ ਦਾਣੇ ਨਿਕਲ ਹੀ ਗਏ ਵਿੱਚੋਂ ਹਾਂ ਦਾਣਾ ਤਾਂ ਹੈ ਹੀ ਨਹੀਂ ਕੋਈ ਨੀ ਜੀ ਸਰਕਾਰ ਤੁਹਾਡੇ ਨਾਲ ਆ ਹਾਂ ਰਾਤੀ ਪਤਾ ਲੱਗਾ ਮਾਨ ਸਾਹਿਬ ਨੇ ਭੇਜਿਆ ਉਹਨਾਂ ਦੀ ਇੱਕੋ ਪਾਸੇ ਤੋੜ ਹੀ ਨਿਕਲੀ ਹੈ ਬੜਾ ਕੰਮ ਖਰਾਬ ਕੀਤਾ ਹੋਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਲੋਪੀ ਕੀਤੀ ਸੀ ਖਤਮ ਹੋ ਗਿਆ ਸਾਰੇ ਤੋੜ ਉਹੀ ਪਟਵਾਰੀ ਤੁਹਾਡਾ ਵੀ ਖਰਾਬ ਹੋ ਗਿਆ ਦਾਣੇ ਥੱਲੇ ਸਾਰੇ ਪਏ ਉਹਦੇ ਰੰਗ ਆ ਜੀ ਕੋਈ ਨੀ ਜੀ ਸਰਕਾਰ ਨਾਲ ਆ ਮਾਨ ਸਾਹਿਬ ਤੁਹਾਡੇ ਨਾਲ ਨੇ ਕੋਈ ਚੱਕਰ ਨੀ ਅਸੀਂ ਮਤਲਬ ਅਸੀਂ ਨਾਲੇ ਹਲਕੇ ਦੇ ਵਿੱਚ ਹਾਂ ਸਾਡੇ ਕਰੀਬ 10-15 ਪਿੰਡ ਆ ਜਿੱਥੇ ਕੱਲ੍ਹ ਸ਼ਾਮੀ ਦੁਪਹਿਰ ਤੋਂ ਬਾਅਦ ਬਹੁਤ ਜ਼ਿਆਦਾ ਕੜਾ ਪਿਆ ਇੰਨਾ ਕੜਾ ਪਿਆ ਕਿ ਕਿਸੇ ਦਾ ਵਿਚਾਰੇ ਦਾ ਕਿਸਾਨ ਦੇ ਪੱਠੇ ਨਹੀਂ ਬਚੇ ਸਬਜ਼ੀਆਂ ਲਾਈਆਂ ਉਹ ਖਰਾਬ ਹੋ ਗਈਆਂ ਕਣਕ ਸਾਰੀ ਖਰਾਬ ਹੋ ਗਈ 100% ਨੁਕਸਾਨ ਹੋ ਗਿਆ ਅਤੇ ਮੈਂ ਰਾਤੀ ਚੰਡੀਗੜ੍ਹ ਤੋਂ ਆਇਆ ਮੈਨੂੰ ਜਦੋਂ ਪਤਾ ਲੱਗਾ ਕਿ ਆਹ ਨੁਕਸਾਨ ਹੋ ਗਿਆ ਅਤੇ ਮੈਂ ਨਾਲ ਹੀ ਮੇਰੇ SDM ਸਾਹਿਬ ਨੇ ਤਹਿਸੀਲਦਾਰ ਸਾਹਿਬ ਪਟਵਾਰੀ ਗਰਦੌਰ ਸਾਰੇ ਅਫਸਰ ਨਾਲ ਲੈ ਕੇ ਆਏ ਤਾਂ ਜੋ ਜਲਦੀ ਤੋਂ ਜਲਦੀ ਇਹਦੀ ਗਰਦਾਵਰੀ ਹੋ ਜਾਵੇ ਅਤੇ ਕਿਸਾਨਾਂ ਦੀ ਜਿਹੜੀ ਸਰਕਾਰ ਮਦਦ ਕਰ ਸਕੇ
ਪਰ ਮੈਂ ਐਸਡੀਐਮ ਸਾਹਿਬ ਨੂੰ ਕਿਹਾ ਕਿ 2 ਦਿਨ ਚ ਇਹਨਾਂ ਪਿੰਡਾਂ ਦੀ ਸਾਰੀ ਗਰਦਾਵਰੀ ਕਰਾ ਕੇ ਇਹਦੀ ਰਿਪੋਰਟ ਭੇਜੋ ਤੇ ਸੀਐਮ ਸਾਹਿਬ ਕੋਲੋਂ ਮੁਆਵਜ਼ਾ ਲੈ ਕੇ ਜਿਹੜਾ ਇਹਨਾਂ ਕਿਸਾਨਾਂ ਨੂੰ ਦਈਏ। ਦੇਖੋ ਅਸੀਂ ਮੱਤ ਕਰ ਸਕਦੇ ਹਾਂ ਪਰ ਇਹ ਪਤਾ ਨਹੀਂ ਕੁਦਰਤ ਸਾਡੇ ਨਾਲ ਪੰਜਾਬ ਨਾਲ ਕਿਉਂ ਇੰਨੀ ਨਾਰਾਜ਼ ਹੋਈ ਪਈ ਹੈ। ਪਹਿਲਾਂ ਮੀਆਂ ਚੋਂ ਮਾਹ ਹੀ ਨਿਕਲੇ ਸੀਗੇ, ਮਾਹ ਹੀ ਕੰਬਾਈਨਾਂ ਚੱਲੀਆਂ ਸੀ, ਥੋੜ੍ਹਾ ਜਿਹਾ ਠਰਮਾ ਹੋਇਆ ਸੀਗਾ, ਬਟ ਆ ਦੁਬਾਰਾ ਫਿਰ ਜਿੱਥੇ ਜਿੱਥੇ ਪੰਜਾਬ 'ਚ ਗੜੇ ਪੈ ਗਏ ਆ, ਬਹੁਤ ਜ਼ਿਆਦਾ ਨੁਕਸਾਨ। ਮੈਂ ਉਹ ਨੁਕਸਾਨ ਦੇਖਣਾ ਪੰਜਾਬ ਦੇ ਹੋਰ ਹਿੱਸਿਆਂ 'ਚ ਕਾਫੀ ਗੜੇ ਮਾਰੀ ਆਈ, ਕਿਵੇਂ ਦੀ ਗਾਂ ਗਦਾਵਰੀ ਦੇ ਰਿਪੋਰਟਾਂ? ਨਹੀਂ ਨਹੀਂ ਸਾਰੀ ਦੁਬਾਰਾ ਸਾਰੇ ਗਰਦਾਵਰੀ ਹੋਊਗੀ ਸਾਰੇ ਪੰਜਾਬ 'ਚ, ਜਿੱਥੇ ਜਿੱਥੇ ਵੀ ਮਤਲਬ ਗੜੇ ਪਏ ਦੁਬਾਰਾ ਉੱਥੇ ਦੁਬਾਰਾ ਸਾਰੀਆਂ ਸੀ ਐਮ ਸਾਹਿਬ ਨੇ ਹਦਾਇਤਾਂ ਕੀਤੀਆਂ ਵੀ ਦੁਬਾਰਾ ਇਨਕੁਆਇਰੀ ਕਰਕੇ ਫਿਰ ਜਿਹੜੀਆਂ ਰਿਪੋਰਟਾਂ ਭੇਜੋ। ਅਸੀਂ ਮਤਲਬ ਦੇਖੋ ਅਸੀਂ ਕਿਸਾਨ ਨੂੰ 100% ਉਹਦੀ ਮਦਦ ਕਰਨੀ ਆ ਕਿ ਉਹਦਾ ਜਿੰਨਾ ਨੁਕਸਾਨ ਹੋਇਆ ਉਹਦੀ ਮਦਦ ਕੀਤੀ ਜਾਵੇ ਔਰ ਕਰਾਂਗੇ। ਪਰ ਦੇਖੋ ਸਾਡੀ ਮਦਦ ਨਾਲ ਵੀ ਵਿਚਾਰੇ ਕਿਸਾਨ ਦਾ ਘਰ ਵੀ ਪੂਰਾ ਅਨਾਜ ਜਿਹੜੀਆਂ ਕਣਕਾਂ ਨਾ ਤੂੜੀ ਰਹੀ ਨਾ ਦਾਣੇ ਰਹੇ, ਛਟਾਲੇ ਲੋਕਾਂ ਦੇ ਖਤਮ ਹੋ ਗਏ, ਕੋਈ ਖਾਣ ਲਈ ਡੰਗਰ ਪਾਉਣ ਲਈ ਕੋਈ ਪੱਠਾ ਦੇ ਰਿਹਾ, ਸੋ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਅਸੀਂ ਮਸ਼ੀਨ ਦਾ ਵੀ ਦਾਂਗੇ, ਸਬਜ਼ੀਆਂ ਦਾ ਵੀ ਦਾਂਗੇ, ਜਿਹੜੀ ਜਿਹੜੀ ਚੀਜ਼ ਖਰਾਬ ਹੋਈ ਹੈ ਗੜਿਆਂ ਦਾ ਸਾਰਿਆਂ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ। ਜਿਵੇਂ ਕਿ ਤੂੜੀ ਦਾ ਕਾਫੀ ਨੁਕਸਾਨ, ਤੁਸੀਂ ਵੀ ਗੱਲ ਕੀਤੀ ਹੈ? ਨਹੀਂ, ਬਾਲਦੀਆਂ ਦੀ ਐਤਕਾਂ ਹੀ ਪਾਬੰਦੀ ਲਾਵਾਂਗੇ, ਉਹ ਕਿਹਾ ਸੀਗਾ, ਆਲਰੇਡੀ ਕੀਤਾ ਸੀਗਾ, ਪਰ ਅਜੇ ਤਾਂ ਸ਼ੁਰੂ ਹੋਇਆ ਇਹ ਕੰਮ, ਅਜੇ ਤਾਂ ਮਤਲਬ ਸ਼ੁਰੂ ਹੋਇਆ। ਅਸੀਂ ਤਾਂ ਅਸੀਂ ਪਹਿਲਾਂ ਪਲੈਨ ਕੀਤੀ ਵੀ ਐਤਕਾਂ ਇੰਡਸਟਰੀ ਨੂੰ ਤੂੜੀ ਨਹੀਂ ਜਾਣ ਦੇਣੀ, ਇੱਥੇ ਹੀ ਡੰਗਰਾਂ ਦੇ ਚਾਰੇ ਵਾਸਤੇ ਤੂੜੀ ਜਿਹੜੀ ਰੱਖਾਂਗੇ, ਸਮਝਦੇ ਕਿਹਦੀ ਗੱਲ। ਪਰ ਵੇਖੋ ਜਦੋਂ ਇੱਦਾਂ ਦੀਆਂ ਆਫਤਾਂ ਆਉਂਦੀਆਂ ਉਦੋਂ ਲਾਜ਼ਮੀ ਕੁਝ ਚੀਜ਼ਾਂ ਦੀ ਮਤਲਬ ਕੀਮਤ ਜਿਹੜੀ ਵੱਧ ਜਾਂਦੀ ਆ, ਕਈ ਲੋਕ ਬਲੈਕਮੇਲਿੰਗ ਕਰਨ ਦੇ ਵਿੱਚ, ਸਮਝਦੇ ਕਿਹਦੀ ਗੱਲ। ਉਹਨਾਂ ਹੁੰਦਾ ਕਿ ਅਸੀਂ ਪੈਸੇ ਕਮਾ ਲਈਏ, ਉਹਨਾਂ ਇਹ ਨਹੀਂ ਹੁੰਦਾ ਕਿ ਜਿੰਨਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰੀਏ। ਸੋ ਕੋਈ ਨਹੀਂ, ਉਹਦੇ ਰੰਗ ਆ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਉਹਦਾ ਗੇਸ ਸਾਡੇ 'ਤੇ ਮਤਲਬ ਸਾਰਿਆਂ 'ਤੇ ਮੇਲ ਭਰਿਆ ਹੱਥ ਰੱਖੇ। ਸਰਕਾਰ ਜਿੰਨਾ ਕੁਛ ਕਰ ਸਕਦੀ ਹੈ ਜੀ ਕਿਸਾਨਾਂ ਦੇ ਨਾਲ, ਉਹ ਉਨੀ ਮਦਦ ਜਿਹੜੀ ਪੂਰੀ ਕਰੋ। ਕੀ ਲੱਗਦਾ ਜ਼ਮੀਨਦਾਰਾਂ ਨੂੰ ਵੀ ਮਦਦ ਕਰਨੀ ਚਾਹੀਦੀ, ਜਿਹੜਾ ਨੁਕਸਾਨ ਹੋਇਆ ਜਿਹਨਾਂ ਦਾ ਲਾਗ ਲੱਗ ਜ਼ਮੀਨਦਾਰਾਂ ਨੂੰ? ਵੇਖੋ ਉਹ ਤਾਂ ਸਾਡਾ ਜਿਹੜਾ ਸਿੱਖ ਧਰਮ ਹੈ ਉਹ ਸਾਨੂੰ ਹਮੇਸ਼ਾ ਹੀ ਇਹ ਸਿਖਾਉਂਦਾ, ਔਰ ਜਦੋਂ ਵੀ ਕਿਤੇ ਆਫਤਾਂ ਹੈਗੀਆਂ ਲੋਕਾਂ ਦੀ ਮਦਦ ਕੀਤੀ ਹੈ, ਹੁਣ ਵੀ ਕਰਨਗੇ ਜਿੱਥੇ ਜਿੱਥੇ ਨੁਕਸਾਨ ਹੋਇਆ। ਇਹ ਮੇਰੇ ਕਹਿਣ ਦਾ ਨਹੀਂ, ਇਹ ਤਾਂ ਲਾਜ਼ਮੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸਿੱਖਿਆ ਦੀ, ਔਰ ਬਹੁਤ ਵਾਰ ਇੱਦਾਂ ਦੀ ਆਫਤਾਂ ਆਈਆਂ ਅਤੇ ਲੋਕ ਇੱਕ ਦੂਜੇ ਦੇ ਨਾਲ ਮਤਲਬ ਆਪਣੇ ਪਿੰਡਾਂ ਦੇ ਧੜੇ ਧੁਰੇ ਭਲਾ ਭਲੂ ਕੇ ਪਾਰਟੀਆਂ ਭਲਾ ਕੇ ਉਹ ਅੱਗੇ ਆਉਂਦੇ, ਹੁਣ ਵੀ ਆਉਣਗੇ ਜਿੱਥੇ ਜਿੱਥੇ ਕਿਤੇ ਨੁਕਸਾਨ ਹੋਇਆ, ਅਸੀਂ ਵੀ ਆਵਾਂਗੇ, ਲੋਕ ਵੀ ਆਉਣਗੇ ਅੱਗੇ। ਕੋਈ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੂੰ ਮਤਲਬ ਇੱਦਾਂ ਛੱਡ ਦਿੱਤਾ ਜਾਊਗਾ ਕਿ ਵਿਚਾਰੇ ਇਹਨਾਂ ਦੀ ਕੋਈ ਮਦਦ ਨਹੀਂ ਕਰੇ, ਸਭ ਲੋਕਾਂ ਦੀ ਮਦਦ ਕਰੇ। ਹਾਂਜੀ, ਥੈਂਕ ਯੂ। ਚਲੋ।